ਐਕਸਕਿਊਜ਼ ਮੀ। ਹਾਂਜੀ ਤੂੰ ਹਾਂਜੀ ਤੂੰ ਤੂੰ ਇੱਥੇ? ਮੈਨੂੰ ਪਹਿਲਾਂ ਹੀ ਪਤਾ ਸੀਗਾ ਕਿ ਤੇਰਾ ਕੁਛ ਨਹੀਂ ਹੋਣਾ ਜ਼ਿੰਦਗੀ ਦੇ ਵਿੱਚ, ਪਰ ਮੈਨੂੰ ਇੰਨਾ ਵੀ ਨਹੀਂ ਪਤਾ ਸੀਗਾ ਕਿ ਤੂੰ ਇੱਥੇ ਧੱਕੇ ਖਾਂਦਾ ਮਿਲੇਗਾ ਮੈਨੂੰ। ਦੱਸੋ ਜੀ। ਦੱਸਣਾ ਕੀ ਆ, ਦਿਖਦਾ ਰਿਹਾ ਵਾ ਤੂੰ ਰਹੇਗਾ ਨੰਗ ਦਾ ਨੰਗ ਹੀ। ਤੁਹਾਨੂੰ ਚਾਹੀਦਾ ਕੀ ਆ ਇਹ ਦੱਸੋ। ਤੂੰ ਮੈਨੂੰ ਦੇ ਕੀ ਸਕਦਾ ਵਾ, ਤੇਰੇ ਪੱਲੇ ਹੈ ਕੀ? ਬੂਟਾਂ ਦੀ ਦੁਕਾਨ ਤੇ ਆਈ ਆ ਨਾ, ਤਾਂ ਮੈਨੂੰ ਬੂਟ ਦਿਖਾ ਦੇ ਕੋਈ। ਜਸਮੀਤ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਵਾਂ ਕਿ ਕਿਹੜਾ ਨੰਬਰ ਦਿਖਾਵਾਂ, ਕਿਹੜਾ ਡਿਜ਼ਾਈਨ ਦਿਖਾਵਾਂ ਬੂਟਾਂ ਦਾ। ਜਸਮੀਤ ਕੀ ਹੁੰਦਾ, ਮੈਡਮ ਕਹਿ ਮੈਡਮ। ਹਾਂਜੀ ਮੈਡਮ ਦੱਸੋ ਜੀ। ਹੁਣ ਆਇਆ ਨਾ ਲੈਣ ਤੇ, ਸ਼ੂਜ਼ ਦਿਖਾ ਮੈਨੂੰ। ਇੱਧਰ ਉੱਧਰ ਕੀ ਦੇਖ ਰਿਹਾ, ਬੂਟ ਦਿਖਾ ਮੈਨੂੰ ਮੇਰੇ ਫਰੈਂਡ ਵਾਸਤੇ। ਫਰੈਂਡ ਵਾਸਤੇ? ਹਾਂ ਫਰੈਂਡ ਵਾਸਤੇ, ਮੇਰੇ ਫਰੈਂਡ ਨੇ ਮੈਨੂੰ ਪੈਸੇ ਦਿੱਤੇ ਸੀ, ਉਹਦੇ ਤੋਂ ਹੀ ਸ਼ੋਪਿੰਗ ਕਰਦੀ ਹਾਂ। ਦੇਖ ਦੋ ਦੋ ਆਈਫੋਨ ਲੈ ਕੇ ਦਿੱਤੇ, ਸਮਾਰਟ ਵਾਚ ਹੈ, ਏਅਰਪੋਡਸ ਨੇ, ਮੈਨੂੰ ਉਹਨਾਂ ਵਾਸਤੇ ਸ਼ੂਜ਼ ਦਿਖਾ ਦੇ ਕੋਈ ਵਧੀਆ ਜੇ। ਦਿਖਾ ਦਿੰਦਾ ਜੀ। ਕਿੰਨਾ ਨੰਬਰ ਹੈ ਜੀ? ਨੰਬਰ ਤਾਂ ਮੇਰਾ ਵੈਸੇ ਉਹੀ ਆ, ਪਰ ਤੂੰ ਮੈਨੂੰ ਕਾਲ ਨਾ ਕਰੀ, ਮੈਂ ਤੈਨੂੰ ਬਲੌਕ ਕੀਤਾ ਹੋਇਆ। ਮੈਡਮ ਮੈਂ ਬੂਟਾਂ ਦਾ ਨੰਬਰ ਪੁੱਛ ਰਿਹਾ ਹਾਂ। ਤੇਰਾ ਕਿੰਨਾ ਨੰਬਰ ਆ? ਮੇਰਾ ਤਾਂ 6 ਨੰਬਰ ਆ। ਤੇਰੇ ਨਾਲੋਂ ਤਾਂ ਵੱਧ ਹੀ ਆ, 7 ਨੰਬਰ ਦਿਖਾ। ਹਾਂਜੀ ਦਿਖਾ ਦਿੰਦਾ ਜੀ। ਸਰ ਤੁਸੀਂ ਕਿਉਂ ਦਿਖਾ ਰਹੇ ਹੋ ਜੀ ਬੂਟ? ਹਾਂ ਤੁਸੀਂ ਰੋਟੀ ਖਾ ਰਹੇ ਸੀ ਨਾ, ਮੈਂ ਸੋਚਿਆ ਕਿਉਂ ਤੰਗ ਕਰਨਾ। ਮੈਂ ਨਹੀਂ ਨਹੀਂ ਮੈਂ ਅਟੈਂਡ ਕਰਦਾ ਜੀ। ਅੱਛਾ ਇਹਨਾਂ ਨੂੰ 7 ਨੰਬਰ ਦਿਖਾ ਦਿਓ। ਹਾਂਜੀ ਮੈਮ, ਕੀ ਚਾਹੀਦਾ? ਇਹ ਸ਼ੋਰੂਮ ਤੇਰਾ? ਹਾਂਜੀ ਸਰ ਨੇ ਜੀ ਸਾਡੇ। ਮੈਂ ਤਾਂ ਸਰ ਨੂੰ ਕਿੰਨੀ ਵਾਰੀ ਕਿਹਾ ਕਿ ਕਸਟਮਰ ਆਉਂਦਾ ਨਾ ਤੁਸੀਂ ਨਾ ਅਟੈਂਡ ਕਰਿਆ ਕਰੋ, ਸਾਨੂੰ ਆਵਾਜ਼ ਮਾਰ ਲਿਆ ਕਰੋ। ਐਕਚੁਅਲੀ ਨਾ ਮੈਂ ਲੰਚ ਕਰਨ ਗਿਆ ਸੀਗਾ ਅਤੇ ਸਰ ਨਾ ਡਾਊਨ ਟੂ ਅਰਥ ਨੇ ਨਾ, ਆਪ ਹੀ ਲੱਗ ਜਾਂਦੇ ਨੇ। ਤੁਸੀਂ ਦੱਸੋ ਕਿੰਨਾ ਕਿੰਨਾ ਨੰਬਰ ਕਹਿ ਰਹੇ ਸੀ? 7 ਨੰਬਰ। 7 ਨੰਬਰ ਮੈਮ ਮੈਂ ਦਿਖਾਉਣਾ, ਤੁਸੀਂ ਬੈਠੋ ਪਲੀਜ਼, ਇੱਧਰ ਬੈਠੋ ਸਰ, ਤੁਸੀਂ ਆਪਣੀ ਕੁਰਸੀ 'ਤੇ ਬੈਠੋ ਜੀ। ਹੈਲੋ ਮੈਮ, ਆਹ 7 ਨੰਬਰ ਹੈ ਜੀ, ਇਹ ਨਵਾਂ ਆਰਟੀਕਲ ਆਇਆ ਪੂਮਾ ਦਾ। ਆਹ ਦੇਖੋ ਜੀ, ਆਹ ਤਾਂ ਬਹੁਤ ਹੀ ਘੈਂਟ ਹੈ ਜੀ, ਬਹੁਤ ਹੀ ਵਧੀਆ ਜੀ। ਇਹ ਤਾਂ ਜਦੋਂ ਪੈਰ 'ਚ ਪੈ ਗਿਆ ਨਾ, ਮੈਂ ਕਹਿੰਦਾ ਜੇ ਬੰਦਾ ਲੰਗੜਾ ਤਾਂ ਵੀ ਭੱਜਣ ਲੱਗ ਜੂਗਾ ਜੀ। ਆਹ ਵਾਲਾ ਕਰ ਦਿਓ। ਆਹ ਵਾਲਾ ਜੀ? ਹਾਂਜੀ। ਇਹ 1100 ਰੁਪਏ ਦਾ ਜੀ, ਡਿਸਕਾਊਂਟ ਕਰਕੇ ਦੇ ਦਈਏ ਜੀ। ਹਾਂ ਪੈਕ ਕਰ ਦਿਓ। ਬਾਕੀ ਸਰ ਨੂੰ ਪੁੱਛ ਲਿਓ, ਸ਼ਾਇਦ ਡਿਸਕਾਊਂਟ ਕਰ ਦੇਣ। ਸਰ ਬਹੁਤ ਵਧੀਆ ਬੰਦੇ ਨੇ, ਐਕਚੁਅਲੀ ਨਾ ਸਰ ਨੇ ਨਾ ਬਹੁਤ ਮਿਹਨਤ ਕੀਤੀ ਆ, ਆਹ ਐਡੀ ਵੱਡੀ ਦੁਕਾਨ ਪਾਈ ਆ, ਅਤੇ ਸਰ ਦੇ ਹੋਰ ਵੀ ਬਹੁਤ ਬਿਜ਼ਨਸ ਨੇ। ਬਹੁਤ ਵਧੀਆ ਇਨਸਾਨ ਨੇ ਉਹ, ਜੇ ਕੋਈ ਆਪਣਾ ਬੰਦਾ ਆਵੇ ਨਾ ਉਹਨਾਂ ਨੂੰ ਡਿਸਕਾਊਂਟ ਕਰ ਦਿੰਦੇ। ਤੁਹਾਨੂੰ ਜਾਣਦੇ ਨੇ ਉਹ? ਹਾਂ ਮੇਰਾ ਫਰੈਂਡ। ਅੱਛਾ ਫਰੈਂਡ ਸੀਗੇ, ਫਿਰ ਤਾਂ ਤੁਹਾਨੂੰ ਡਿਸਕਾਊਂਟ ਕਰ ਦੇਣਗੇ। ਆ ਮੈਂ ਪੈਕ ਕਰ ਦਿੰਦਾ ਜੀ। ਹੈਲੋ, ਤੁਸੀਂ ਉਹਨਾਂ ਕੋਲ ਜਾ ਕੇ ਨਾ ਥੋੜ੍ਹੀ ਜਿਹੀ ਮਿੰਨਤਾਂ ਜੀ ਕਰੋ, ਕਰ ਦੇਣਗੇ ਉਹ, ਠੀਕ ਹੈ। ਹੈਲੋ ਕਿੰਨੇ ਦੇ ਇਹ? ਕਿਹੜੇ ਸ਼ੂਜ਼ ਹੈ ਇਹ? ਵੈਸੇ ਤਾਂ 1500 ਰੁਪਏ ਦੇ ਆ, ਡਿਸਕਾਊਂਟ ਕਰਕੇ ਤੁਸੀਂ 1100 ਦੇ ਦਿਓ, ਠੀਕ ਹੈ। ਮੇਰੇ ਕੋਲ 1000 ਹੀ ਹੈ। 1000 ਰੁਪਏ ਹੀ ਆ? ਲੱਗਦਾ ਤੁਹਾਡਾ ਜਿਹੜਾ ਫਰੈਂਡ ਆ 100 ਰੁਪਏ ਦੇਣਾ ਭੁੱਲ ਗਿਆ ਹੋਣਾ। ਚਲੋ ਕੋਈ ਗੱਲ ਨਹੀਂ, ਤੁਸੀਂ
1000 ਰੁਪਏ ਦੇ ਦਿਓ ਬਸ। ਕਾ ਹੋ ਗਈ ਜੀ ਗੱਲ? ਹੋ ਗਈ, ਹਾਂ ਕਰਦਾ ਜੀ। ਆ ਲਓ ਜੀ, ਆਪਣੇ ਤੁਹਾਡੇ ਫਰੈਂਡ ਨੇ ਜਿਹੜੇ ਆਈਫੋਨ ਦਿੱਤੇ ਹੋ, ਆਹ ਤੁਹਾਡਾ ਸਮਾਨ ਸੁਰਿੰਦਰਾ ਪੈਕ ਕਰ ਦਿਓ। ਹਾਂਜੀ, ਵੈਸੇ ਦੇਖ ਲਓ ਨਾ ਕਿੰਨੇ ਵਧੀਆ ਨੇ ਤੁਹਾਡੇ ਫਰੈਂਡ, ਆਪਣੀ ਸਾਹਮਣੀ ਦੁਕਾਨ ਤੋਂ ਵੀ ਲੇਡੀਜ਼ ਸ਼ੂਜ਼ ਵੀ ਲੈ ਕੇ ਆਏ ਆ। ਕੋਈ ਤੁਹਾਨੂੰ ਪਤਾ, ਅਸੀਂ ਸਰ ਨੇ ਨਾ ਨਵੀਂ ਸ਼ੋ ਖੋਲ੍ਹੀ ਆ ਸ਼ੋਰੂਮ, ਇਹ ਨਾ ਜੈਂਟ ਸੈਕਸ਼ਨ ਆ ਸਾਡਾ, ਅਤੇ ਜਿਹੜਾ ਲੇਡੀਜ਼ ਅਤੇ ਬੱਚਿਆਂ ਦਾ ਸੈਕਸ਼ਨ ਹੈ ਨਾ ਉਹ ਸਾਹਮਣੇ ਆ ਜੀ। ਉਹ ਸਾਹਮਣੇ ਉਹ ਵੀ ਸਰ ਦਾ ਹੀ ਆ, ਬੜੇ ਵਧੀਆ ਇਨਸਾਨ ਨੇ ਜੀ। ਦੇਖੋ ਕੋਈ ਵੀ ਆਉਂਦਾ ਨਾ 100-150 ਤੋਂ ਹੀ ਛੱਡ ਦਿੰਦੇ ਨੇ। ਸਮਾਨ ਲਵਾਤਾ ਸੀਗਾ ਇਹ ਦਿਨ ਕਿਹਾ? ਹਾਂਜੀ ਹਾਂਜੀ ਸਰ, ਲਵਾਤਾ ਸੀਗਾ। ਹਾਂਜੀ ਹਾਂਜੀ। ਹੈਲੋ ਮੈਡਮ, ਜਦੋਂ ਮੇਰੇ ਲਈ ਚਾਹ ਲਿਆਓ ਇੱਕ। ਚਾਹ? ਸਰ ਮੈਂ ਲਿਆਉਂਦਾ ਸਰ। ਸਰ ਜਿਹੜਾ ਤੁਸੀਂ ਆਈਸ ਟੀ ਦਾ ਔਡਰ ਦਿੱਤਾ ਸੀ ਉਹ ਵੀ ਲਿਆਓ। ਇਕੱਲੀ ਚਾਹ ਗਰਮ ਵਾਲੀ ਭੈਣ ਦਿਆ ਜਿਹੜਾ ਉੱਥੇ ਤੋਂ ਖੜਾਓ ਹੈ ਨਾ, ਮੇਰੀ ਵੀ ਐਕਟਿੰਗ ਕਰਵਾਤੀ ਆ। ਇਹ ਕੌਣ ਸੀ ਇਹ? ਥੈਂਕ ਯੂ ਭਰਾ ਦੀ ਇੱਜ਼ਤ ਰੱਖਣ ਵਾਸਤੇ ਯਾਰ। ਕਾਹਦੀ ਇੱਜ਼ਤ ਰੱਖੀ ਤੂੰ, ਚੌੜਾ ਹੀ ਹੋਈ ਜਾਂਦਾ। ਉਹ ਯਾਰ ਉਹ ਮੇਰੀ ਦੋਸਤ ਸੀਗੀ, ਮੈਨੂੰ ਤਰਸ ਆ ਗਿਆ ਤੇਰੇ ਤੇ, ਵੱਡਾ ਤੂੰ ਕਾਰੀਗਰ ਡਾਊਨ ਟੂ ਅਰਥ। ਬਾਈ ਤਾਂ ਕੀ ਹੋ ਗਿਆ ਯਾਰ, ਉਹਦੇ ਮੂਹਰੇ ਬੇਇੱਜ਼ਤੀ ਹੋ ਜਾਣੀ ਸੀ, ਹੁਣ ਉਹ ਤਾਂ ਠੀਕ ਹੋ ਗਿਆ, ਤੁਸੀਂ ਬੇਇੱਜ਼ਤੀ ਕਰਨੀ ਹੈ ਭਾਈ। ਤੇਰੀ ਤਾਂ ਘਰੇ ਕੋਈ ਇੱਜ਼ਤ ਨਹੀਂ ਹੈਗੀ ਹੈ? ਉਹ ਸ਼ੁਕਰ ਕਰ ਤੈਨੂੰ ਛੱਡ ਗਈ, ਪੱਲੇ ਤੇਰੇ ਕੱਖ ਨਹੀਂ, ਤੂੰ ਫਰੈਂਡ ਆ ਬਣਾਉਣਾ, ਕੰਮ ਕੁੰਮ ਤੇਰੇ ਪੱਲੇ ਹੈ ਕੁਛ ਨਹੀਂ ਭਾਜੀ। ਹੁਣ ਮੇਰੀ ਗੁੱਸਾ ਨਾ ਚੜਾ, ਤੈਨੂੰ ਸਰ ਸਰ ਕਹਿ ਕੇ ਮੇਰੀ ਜਾੜ ਦਿਖਾਉਣ ਲੱਗ ਗਈ ਆ। ਮੈਂ ਕਿਹੜਾ ਤੁਹਾਡਾ ਕੋਈ ਨੱਕ ਵੜਾਈ, ਮੈਂ ਵੀ ਤਾਂ ਵਧੀਆ ਕੀਤਾ ਵਾ ਨਾ ਭਾਜੀ। ਕੀ ਵਧੀਆ ਕੀਤਾ ਤੂੰ ਹੈ? ਮੈਂ ਨੌਕਰ ਬਣਿਆ ਤੇਰੇ ਸਾਹਮਣੇ, ਉਹ ਮੈਂ ਤਾਂ ਸੁਣ ਲਿਆ ਅੰਦਰੋਂ, ਉਹ ਮੈਂ ਕਿਹਾ ਭਰਾ ਦੀ ਇੱਜ਼ਤ ਬਚਾ ਲਈਏ, ਅੱਜ ਕੱਲ੍ਹ ਚੱਲਦਾ ਪਿਆ ਨਾ ਮੋਟੀਵੇਸ਼ਨਲ ਜਿਹਾ। ਥੈਂਕ ਯੂ ਭਾਜੀ, ਥੈਂਕ ਯੂ ਦਾ ਅਖਲਾਰਾ ਸਾਹਿਬ, ਇੰਨੇ ਜੋੜੇ ਬਾਹਰ ਕੱਢੇ, ਨਾਲੇ ਕੀ ਤੋਂ ਪੁੱਛ ਕੇ ਉਹਨੂੰ ਸੋਚ ਛੱਡੇ ਹੀ ਹੋਏ, 1000 ਲੈ ਕੇ ਰੱਖ ਲਿਆ। ਮੈਨੂੰ ਲੱਗਿਆ ਦੇ ਦੂਗੀ ਪੈਸੇ, ਹੁਣ ਆਈਫੋਨ ਦੋ ਦੋ ਚੱਕੇ ਹੋਏ ਆ, ਮੈਨੂੰ ਲੱਗਿਆ ਟਿਪ ਵੀ ਵੱਖਰਾ ਦੇ ਕੇ ਜਾਊਗੀ। ਤੇਰੀ ਤਨਖਾਹ ਚੋਂ 100 ਕੱਟੂ ਮੈਂ ਭਾਈ। ਏਦਾਂ ਕਿੱਦਾਂ 100 ਕੱਟੂਗੇ? ਏਦਾਂ ਕੱਟੂਗਾ ਚੱਕ ਇਹਨੂੰ ਭਾਈ, ਐ ਨਾ 100 ਕੱਟੋ, ਬੈਠ ਇੱਥੇ ਸਾਰਾ ਕੰਮ ਮਸਲਾ ਭਾਈ, ਕਮਾਈ ਹੁੰਦੀ, ਕਮਾਈ ਕਾਹਦੀ ਹੁੰਦੀ, 100 ਮੇਰਾ ਕਟਾਇਆ, ਸਾਰੇ ਇਕੱਠੇ ਚੱਕ ਲਾ, ਉਠਕਾ ਬੈਠਕਾ ਲਾਈ ਜਾਂਦਾ, ਪੱਲੇ ਕੱਖ ਹੋਵੇ, ਫਿਰ ਫਰੈਂਡਾਂ ਬਣਾਈ ਦੀਆਂ ਹੁੰਦੀਆਂ ਨੇ, ਐ ਨੀ ਟਿਕਦੀ। ਦੋ ਦੋ ਆਈਫੋਨ ਰੱਖੀ ਬੈਠੀ ਸੀ ਅਗਲੀ, ਤੇਰੇ ਕੋਲ ਤਾਂ ਇੱਕ ਐਂਡਰੋਇਡ ਉਹ ਚ ਵੀ ਧਾਰੀ ਆਈ ਹੋਈ ਆ ਭਾਈ। ਬੋਲੀ ਜਾਣਾ ਜੀ ਹੁਣ ਭਰਾ ਨੂੰ, ਕਿਹੜਾ ਭਰਾ ਹੋਏ, ਕੰਮ ਕਰਦਾ ਮੇਰੇ ਕੋਲ ਤੂੰ।